ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਰਾਜ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਦੇ ਸਪੁੱਤਰ ਬੰਦੀਪ ਸਿੰਘ ਬਨੀ ਦੁੱਲੋ ਵੱਲੋਂ ਹਲਕੇ ਵਿੱਚ ਸਰਗਰਮੀਆਂ ਤੇਜ਼ ਕਰਦਿਆਂ ਪਿੰਡਾਂ ਦੇ ਸਰਪੰਚਾਂ ਪੰਚਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਪੰਚਾਂ ਸਰਪੰਚਾਂ ਵੱਲੋਂ ਵੀ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਉਹਨਾਂ ਮਾਨਵੀ ਸਮੇਤ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਕਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਿਨ੍ਹਾਂ ਵਿੱਚ ਉਹਨਾਂ ਨੂੰ ਪੰਚਾਂ ਸਰਪੰਚਾਂ ਦਾ ਭਰਵਾਂ ਸਹਿਯੋਗ ਮਿਲਿਆ। ਬਿਊਰੋ ਰਿਪੋਰਟ ਐਕਸ ਪੰਜਾਬ। ਮਨਵੀ ਦੇ ਵਿੱਚ ਪ੍ਰੋਗਰਾਮ ਰੱਖਿਆ ਸੀਗਾ ਸਰਪੰਚ ਸਾਹਿਬ ਅਤੇ ਜਿਹੜੇ ਪਿੰਡ ਦੇ ਨਿਵਾਸੀ ਨੇ ਉਹਨਾਂ ਨੇ। ਇਹਦਾ ਕਾਰਨ ਇਹ ਸੀ ਕਿ ਵੀ ਪਿੰਡ ਦੇ ਵਿੱਚ ਕਾਫੀ ਚੀਜ਼ਾਂ ਵਿਕਾਸ ਵਾਲੀਆਂ ਨੇ, ਖਾਸ ਕਰਕੇ ਜਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਕਮਰੇ ਬਣਨੇ ਨੇ। ਇਹਨਾਂ ਨੇ ਮੰਗ ਪੱਤਰ ਦਿੱਤਾ ਹੈਗਾ ਕਮਰੇ ਵਾਸਤੇ ਅਤੇ ਆਪਾਂ 5 ਲੱਖ ਰੁਪਏ ਦੀ ਗ੍ਰਾਂਟ ਦਾ ਵਾਅਦਾ ਕੀਤਾ ਇਹਨਾਂ ਨਾਲ। ਅਤੇ ਵੱਧ ਚੜ੍ਹ ਕੇ ਅੱਗੇ ਵੀ ਜੇ ਕੋਈ ਪ੍ਰੋਸੈਸ ਦੇ ਵਿੱਚ ਕੋਈ ਗ੍ਰਾਂਟ ਦਾ ਹੋਇਆ ਪ੍ਰੋਗਰਾਮ ਤਾਂ ਆਪਾਂ ਜ਼ਰੂਰ ਵੱਧ ਸੱਦ ਕੇ ਅੱਗੇ ਆਵਾਂਗੇ। ਸਾਨੂੰ ਤਾਂ ਹੁਣ ਕਹਿ ਸਕਦੇ ਹਾਂ ਕਿ ਵੀ ਦੁੱਲੋ ਸਾਹਿਬ ਨੇ 47 ਸਾਲ ਹੋ ਗਏ ਰਾਜਨੀਤੀ ਦੇ ਵਿੱਚ, ਪਹਿਲਾਂ ਰੋਪੜ ਟੁੱਟ ਕੇ ਹੀ ਫਤਿਹਗੜ੍ਹ ਸਾਹਿਬ ਬਣਿਆ ਸੀਗਾ। ਇਸ ਕਰਕੇ ਅਸੀਂ ਤਾਂ ਪੁਰਾਣਾ ਹੀ ਨੁਮਾਇੰਦਗੀ ਕਰਦੇ ਆ ਰਹੇ ਹੈਗੇ ਹਾਂ ਅਤੇ ਪਿੰਡਾਂ ਦੇ ਵਿੱਚ ਹੂਬਹੂ ਲੋਕ ਵੀ ਜਾਣਦੇ ਨੇ ਕਿ ਵੀ ਸਾਡਾ ਪਰਿਵਾਰ ਕਿੰਨੀ ਦੇਰ ਤੋਂ ਸੇਵਾ ਦੇ ਵਿੱਚ ਹੈ। ਅਤੇ ਕਾਫੀ ਪਿੰਡ ਅਸੀਂ ਕਰ ਚੁੱਕੇ ਹਾਂ, ਪਹਿਲਾਂ ਮੈਂ ਹਲਕਾ ਪੈਲ ਤੋਂ ਆਪਣੀ ਨੁਮਾਇੰਦਗੀ ਜ਼ਾਹਿਰ ਕੀਤੀ ਸੀਗੀ। ਚਲੋ ਪਰਮਾਤਮਾ ਨੇ ਨਹੀਂ ਕਿਰਪਾ ਕੀਤੀ ਹੈਗੀ, ਮਗਰ ਇਸ ਵਾਰ ਮੈਨੂੰ ਵਿਸ਼ਵਾਸ ਹੈਗਾ ਕਿ ਵੀ ਆਮ ਪਬਲਿਕ, ਖਾਸ ਕਰਕੇ ਜੋ ਦਲਿਤ ਸਮਾਜ ਹੈਗਾ ਸਾਡਾ, ਉਹ ਮੇਰੀ ਜ਼ਰੂਰ ਮੇਰੀ ਮਦਦ ਕਰੂੰਗਾ ਅਤੇ ਮੇਰੇ ਨਾਲ ਖੜੂੰਗਾ। ਚਾਹਵਾਨ ਨਹੀਂ ਹੈਗਾ, ਮੈਂ ਹੱਕਦਾਰ ਹੈਗਾ। ਦੇਖੋ ਜੀ, ਦੁੱਲੋ ਸਾਹਿਬ ਨੇ 1999 ਦੇ ਵਿੱਚ ਰੋਪੜ ਦੀ ਸੀਟ ਤੋਂ ਲੜੇ ਸੀ ਅਤੇ 90,000 ਤੋਂ ਜਿੱਤੇ ਨੇ। ਉਦੋਂ ਬਾਅਦ ਦੇਖੋ ਨਿਊਕਲੀਅਰ ਡੀਲ ਹੋਈ ਹੈਗੀ ਹੈ, ਨਿਊਕਲੀਅਰ ਡੀਲ ਦੇ ਵਿੱਚ ਫਿਰ ਲਿਬੜਾ ਸਾਹਿਬ ਨੂੰ ਇਹਨਾਂ ਨੇ ਅਕਾਲੀ ਦਲ ਤੋਂ ਲਿਆ ਕੇ ਇੱਧਰ ਟਿਕਟ ਦਿੱਤੀ ਸੀਗੀ ਜਾਂ ਟਿਕਟ ਦਿੱਤੀ ਹੈ। ਫਿਰ ਲਿਬੜਾ ਸਾਹਿਬ ਨੇ ਵੀ 5 ਸਾਲ ਉਰੇ ਆਪਣਾ ਵਧੀਆ ਤਰੀਕੇ ਨਾਲ ਟਾਈਮ ਕੱਢ ਕੇ ਆਪਣਾ ਗੁੱਡਬਾਏ ਕਰਤਾ ਕਾਂਗਰਸ ਨੂੰ, ਫਿਰ ਦੁਬਾਰਾ ਅਕਾਲੀ ਦਲ ਦੇ ਵਿੱਚ ਚਲੇ ਗਏ। ਫਿਰ ਸਾਡੇ ਸੀਨੀਅਰ ਲੀਡਰ ਜਿਹੜੇ ਕੈਬਨਿਟ ਮੰਤਰੀ ਨੇ ਸਾਧੂ ਸਿੰਘ ਜੀ, ਉਹਨਾਂ ਨੂੰ ਨੁਮਾਇੰਦਗੀ ਦਿੱਤੀ ਸੀਗੀ, ਉਹ ਵੀ ਕਈ ਮਾਰਜਨ ਤੋਂ ਰਹਿ ਗਏ ਸੀਗੇ। ਇਸ ਕਰਕੇ ਸਾਡਾ ਹੱਕਦਾਰ, ਅਸੀਂ ਹੱਕਦਾਰ ਹਾਂ ਇਸ ਸੀਟ 'ਤੇ। 1999 ਤੋਂ ਬਾਅਦ ਇੱਥੇ ਕਾਂਗਰਸ ਨੇ ਇੰਨੀ ਲੀਡ ਤੋਂ ਕਿਸੇ ਨੇ ਇੰਨੀ ਸੀਟ ਜਿੱਤੀ ਹੈ। ਸਾਡੇ ਮੁੰਡੇ ਬਾਹਰ ਜਾ ਰਹੇ ਨੇ ਫੋਰਨ ਦੇ ਵਿੱਚ, ਅਤੇ ਮੈਂ ਇਹ ਸਮਝਦਾ ਹੈਗਾ ਕਿ ਵੀ ਅੱਜ ਆਪਾਂ ਨੂੰ ਜ਼ਰੂਰਤ ਹੈਗੀ ਹੈ ਕਿ ਵੀ ਆਪਣੇ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾਵੇ। ਜਿਹੜੀਆਂ ਸੜਕਾਂ ਦਾ ਮਸਲਾ ਹੈਗਾ, ਇਹ ਠੀਕ ਹੈ ਵੀ ਬਹੁਤ ਜ਼ਰੂਰੀ ਹੈਗਾ, ਕਿਉਂਕਿ ਰੋਜ਼ ਇਨਸਾਨ ਨੇ ਆਪਣੇ ਜਿਹੜੇ ਸਾਡੇ ਪਿੰਡ ਦੇ ਨਿਵਾਸੀ ਨੇ ਚਾਹੇ ਆਪਣੇ ਹਲਕੇ ਦੇ ਨਿਵਾਸੀ ਨੇ, ਉਹਨਾਂ ਨੇ ਬਾਹਰ ਜਾਣਾ ਹੈਗਾ, ਆਪਣੇ ਕੰਮਾਂ ਕਾਰਾਂ ਨੂੰ ਜਾਂਦੇ ਆ। ਜਦ ਕਈ ਬੱਚੇ ਇਹੋ ਜਿਹੇ ਹੈਗੇ ਨੇ ਜਿਹੜੇ ਸਕੂਲ ਦੀ ਵਰਦੀਆਂ ਦੇ ਵਿੱਚ ਉਹਨਾਂ ਦੀ ਵਰਦੀਆਂ ਲਿਬੜ ਜਾਂਦੀਆਂ ਨੇ ਸਕੂਲ ਦੇ ਜਾਂਦੇ ਹੋਏ, ਅਤੇ ਸੜਕਾਂ ਦੇ ਵਿੱਚ ਜਿਹੜਾ ਗਾਰਾ ਖੜਾ ਹੈਗਾ, ਗੰਦ ਖੜਾ ਹੈਗਾ, ਉਹਦੇ ਕਰਕੇ ਹੀ ਹੁੰਦਾ ਹੈਗਾ। ਮਗਰ ਇਹ ਚੀਜ਼ ਵੀ ਇੱਕ ਮੁੱਖ ਲੋੜ ਹੈ। ਮਗਰ ਮੈਂ ਇਹ ਸਮਝਦਾ ਹੈਗਾ ਕਿ ਵੀ ਅੱਜ ਦੇ ਯੂਥ ਨੂੰ ਅੱਗੇ ਲੈ ਕੇ ਆਉਣਾ, ਉਹਨਾਂ ਨੂੰ ਨੌਕਰੀਆਂ ਦੇਣਾ ਅਤੇ ਉਹਨਾਂ ਨੂੰ ਉਹਨਾਂ ਦਾ ਭਵਿੱਖ ਬਚਾਉਣਾ, ਇਹ ਸਾਡਾ ਮੇਨ